नवजोत सिंह सिद्धू अते नवजोत कौर सिद्धू तो बाद हुण उन्हां दी बेटी राबिया कौर सिद्धू भी राजनीतिक खेतर विच पहली बार नज़र आई है। राबिया कौर सिद्धू वल्लों अज अपने पिता दे हल्के विच विकास कम्मां दा उद्घाटन भी किया गया। अज दा जिहड़ा प्रोग्राम सी, जिहड़े प्रोग्राम रुके होए सी, अपना जिहड़े कैप्टन अमरिंदर सिंह ने रुकवाए सी इहनूं बस्सी नूं कह के, ते उह जिहड़े काम आ 100 करोड़ दे, इक ते ट्रस्ट दे पैसे लै के आए सिद्धू साहब, वह भी रुकवाते इन्हां ने। फिर कारपोरेशन दे काम ही वह भी अपनी मनमर्जी नाल ही करन दे सी, ते अहीं ते नत्थे हो के बैठे हाँ। पर सिद्धू साहब दे हुण आउण दे नाल सारे जिन्ने भी वर्कर साहबान है उन्हां दे विच एक बड़ी जोश की लहर जिहड़ी आ गई आ। ते मैडम भी पटियाले तो हुण अमृतसर आण के उन्होंने अपना हलका जिहड़ा वा वह सांभ लिया वा, ते उन्हां दा परिवार अज तुसीं वेख्या उन्हां दी बेटी राबिया ਉਹ ਇੱਥੇ ਆਏ ਆ। ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਜਾ ਕੇ ਬੇਟਾ ਤੂੰ ਉਦਘਾਟਨ ਕਰਨੇ ਤੁਸੀਂ ਚਾਲੂ ਕਰੋ, ਵੀ ਸਾਰੇ ਪਰਿਵਾਰ ਵੱਖੋ ਵੱਖਰੇ ਜਿੱਥੇ ਜਿੱਥੇ ਵੀ ਹੁਣ ਉਦਘਾਟਨ ਹੋਣ ਵਾਲੇ ਆ ਸਾਰਾ ਪਰਿਵਾਰ ਪੂਰੇ ਜੋਸ਼ ਸ਼ੋਸ਼ ਨਾਲ ਜਿਹੜਾ ਵਾ ਉਹ ਲੱਗ ਪਿਆ ਵਾ। ਅਤੇ ਇਹ ਜਿਹੜੇ ਸਾਡੇ ਕੋਲ ਇਸ ਵਕਤ 3 ਕੁ ਮਹੀਨੇ ਰਹਿ ਗਏ ਆ, ਉਹਦੇ ਵਿੱਚ ਅਸੀਂ ਹਲਕੇ ਦਾ ਇੱਕ ਵੀ ਕੰਮ ਜਿਹੜਾ ਵਾ ਉਹ ਰਹਿਣ ਨਹੀਂ ਦੇਣਾ, ਕਿਉਂਕਿ ਅੱਗੇ ਸਾਨੂੰ 2.5-3 ਸਾਲ ਆਪਣਾ ਅੱਖੋਂ ਪਰੱਖੋਂ ਕੀਤਾ ਗਿਆ। ਇਹ ਕਰਕੇ ਹੁਣ ਅਸੀਂ ਇਹ ਜਿਹੜੇ ਕੰਮ ਆ ਸਾਰੇ ਜੰਗੀ ਪੱਧਰ ਦੇ ਜਿਹੜੇ ਆ ਉਹ ਚਾਲੂ ਹੋਣਗੇ, ਕਿਉਂਕਿ 3 ਕਰੋੜ ਰੁਪਈਆ ਜਿਹੜਾ ਆਪਣਾ ਦਮਨ ਆ ਚੇਅਰਮੈਨ ਉਹਨੇ ਜਿਹੜਾ ਮੇਰਾ ਰੁਕਿਆ ਹੋਇਆ ਸੀ, ਉਹ ਵੀ ਕੱਲ੍ਹ SDO XCN ਜਿੰਨੇ ਵੀ ਡਿਪਾਰਟਮੈਂਟ ਦੇ ਹੋਰ ਵੀ ਅਫਸਰ ਸਾਹਿਬਾਨ ਆ ਉਹਨਾਂ ਨੂੰ ਸੱਦ ਕੇ ਕਹਿਤਾ ਵਾ ਵੀ ਮਾਸਟਰ ਜੀ ਦੇ ਜਿੰਨੇ ਵੀ ਕੰਮ ਆ ਉਹ ਪਹਿਲ ਦੇ ਆਧਾਰ 'ਤੇ ਹੁਣ ਚਾਲੂ ਕਰ ਦਿਉ। ਉਹ ਕੱਲ੍ਹ ਆਏ, ਉਹਨਾਂ ਨੇ ਸਾਰਾ ਵੇਖਿਆ ਮੌਕਾ, ਹੁਣ ਕੱਲ੍ਹ ਤੋਂ ਫਿਰ ਉਦਘਾਟਨ ਚਾਲੂ ਹੋ ਜਾਣੇ ਆ। ਅਤੇ ਸ਼ਮਸ਼ਾਨ ਘਾਟਾਂ ਵਾਸਤੇ ਉਹਨਾਂ ਨੇ ਸਾਨੂੰ 103 ਸ਼ਮਸ਼ਾਨ ਘਾਟਾਂ ਵਾਸਤੇ ਸਾਨੂੰ 140 ਕਰੋੜ ਰੁਪਈਆ ਜਿਹੜਾ 1,40,00,000 ਰੁਪਈਆ ਜਿਹੜਾ ਵਾ 3 ਸ਼ਮਸ਼ਾਨ ਘਾਟਾਂ ਵਾਸਤੇ ਉਹ ਦਿੱਤਾ ਵਾ ਸਿੱਧੂ ਸਾਹਿਬ ਨੇ। ਬਾਕੀ ਜਿਹੜੇ ਹੋਰ ਵੀ ਕੰਮ ਹੋਣ ਵਾਲੇ ਆ ਉਹ ਹੁਣ ਜੰਗੀ ਪੱਧਰ 'ਤੇ ਤੁਸੀਂ ਵੇਖੋਗੇ ਕਿ ਵੇਰਕਾ ਜਿਹੜਾ ਵਾ, ਵੇਰਕਾ ਕੀ ਪੂਰਾ ਪੰਜਾਬ ਹੀ ਸਿੱਧੂ ਸਾਹਿਬ ਨੇ ਜਿਹੜੀ ਉਹਨਾਂ ਨੇ ਇਹਨੂੰ ਸੋਨੇ ਦੀ ਚਿੜੀ ਜਦੋਂ ਕਿਹਾ ਜਾਂਦਾ ਸੀ ਉਹ ਫਿਰ ਇੱਕ ਵਾਰੀ ਸੋਨੇ ਦੀ ਚਿੜੀ ਉਹ ਪੂਰਾ ਪੰਜਾਬ ਜਿਹੜਾ ਬਣ ਜੂਗਾ। ਉਹਨਾਂ ਦੀ ਜਿਹੜੀ ਅੰਦਰੋਂ ਖਾਹਿਸ਼ ਸੀ ਵੀ ਜਿਹੜੇ ਸਾਡੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਆ ਕੈਨੇਡਾ ਅਮੈਰੀਕਾ ਆਸਟ੍ਰੇਲੀਆ, ਉਹ ਇੱਥੇ ਹੀ ਰਹਿ ਕੇ ਆਪਣੇ ਜਿਹੜੇ ਬੇਰੁਜ਼ਗਾਰ ਹੋਰ ਕੰਮ ਆ ਉਹ ਇੱਥੇ ਹੀ ਚਾਲੂ ਕਰਨ, ਅਤੇ ਆਪਣੇ ਮਾਂ ਪਿਓ ਤੋਂ ਦੂਰ ਨਾ ਰਹਿਣ। ਅਸੀਂ ਕੈਪਟਨ ਸਾਹਿਬ ਨੂੰ ਚੈਲੇਂਜ ਕਰਦੇ ਹਾਂ, ਮੈਂ ਆਪਣੇ ਤੌਰ ਵੱਲੋਂ ਵੀ ਚੈਲੇਂਜ ਕਰਦਾ ਹਾਂ ਵੀ ਕੈਪਟਨ ਸਾਹਿਬ ਤੁਸੀਂ ਵੀ ਆ ਜਾਓ, ਜਿਹਨੂੰ ਵੀ